ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਇਹ ਦਿਨੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 5 ਅਗਸਤ 2024 ਦੇ ਦਿਨ ਹੈ ਸੋਮਵਾਰ, ਯਾਨੀ ਮੰਡੇ। ਸ਼ੁਕਲ ਪਕਸ਼ ਪ੍ਰਤੀਪਦਾ ਤਿਥੀ ਰਹੇਗੀ ਸ਼ਾਮ ਦੇ 6:06 ਤੱਕ। ਅੱਜ ਗੰਡਮੂਲ ਹੈ ਪਰ ਪੰਚਕ ਨਹੀਂ। ਗੱਲ ਕਰੀਏ ਰਾਹੂ ਕਾਲ ਦੀ, ਤੇ ਸਵੇਰ ਦੇ 7:24 ਤੋਂ ਲੈ ਕੇ ਸਵੇਰ ਦੇ 9:05 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਹਨਾਂ ਸਪੈਸ਼ਲ ਟਾਈਮ ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ। ਆਹ ਸਮਾਂ ਰਹੇਗਾ ਸਵੇਰ ਦੇ 10:44 ਤੋਂ ਲੈ ਕੇ ਦੁਪਹਿਰ ਦੇ 12:25 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 3:47 ਤੋਂ ਲੈ ਕੇ ਸ਼ਾਮ ਦੇ 7:08 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਸਭ ਤੋਂ ਪਹਿਲਾਂ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਦੀ ਗੱਲ ਕਰੀਏ ਤਾਂ ਅੱਜ ਉਹਨੂੰ ਸੁਧਾਰਨ ਵਾਸਤੇ ਤੁਹਾਨੂੰ ਥੋੜ੍ਹੀ ਜਿਹੀ ਹੋਰ ਮਿਹਨਤ ਕਰਨੀ ਪੈਣੀ ਹੈ। ਆਪ ਕੁਝ ਐਫਰਟਸ ਕਰਨ ਦੀ ਜ਼ਰੂਰਤ ਹੋਏਗੀ। ਫੈਮਿਲੀ ਮੈਂਬਰ ਕੋਈ ਨਾ ਕੋਈ ਖੁਸ਼ਖਬਰੀ ਲੈ ਕੇ ਆ ਸਕਦੇ ਨੇ, ਜਿਹਦੇ ਕਾਰਨ ਘਰ ਦਾ ਮਾਹੌਲ ਥੋੜ੍ਹਾ ਜਿਹਾ ਹੋਰ ਖੁਸ਼ਨੁਮਾ ਬਣ ਸਕਦਾ। ਲੰਬੀ ਯਾਤਰਾ ਵਾਸਤੇ ਦਿਨ ਠੀਕ ਠਾਕ ਨਜ਼ਰ ਆ ਰਹੇ। ਜਿਹੜੇ ਲੋਕੀ ਟਰੈਵਲ ਜਾਂ ਟੂਰਿਜ਼ਮ ਸੈਕਟਰ ਨਾਲ ਤਾਲੁਕ ਰੱਖਦੇ ਨੇ, ਅੱਜ ਤੁਹਾਡੇ ਵਾਸਤੇ ਵੀ ਬੜਾ ਫਰੂਟਫੁਲ ਦਿਨ ਹੈ। ਕੋਈ ਨਾ ਕੋਈ ਖੁਸ਼ਖਬਰੀ ਤੁਹਾਨੂੰ ਵੀ ਸੁਣਨ ਨੂੰ ਮਿਲ ਸਕਦੀ ਹੈ। ਜਲਦੀ ਕੋਈ ਪ੍ਰੋਪਰਟੀ ਵੀ ਖਰੀਦਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਨੇ। ਕੁਛ ਇਹੋ ਜਿਹੀ ਚੀਜ਼ ਪਾਈਪਲਾਈਨ 'ਚ ਹੈ ਤਾਂ ਥੋੜ੍ਹੀ ਜਿਹੀ ਹੋਰ ਮਿਹਨਤ ਕਰ ਲੈਣੀ ਚਾਹੀਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਗੋਲਡਨ, ਅਤੇ ਤੁਸੀਂ ਉਪਾਅ ਕੀ ਕਰਨਾ? ਗਣੇਸ਼ ਜੀ ਨੂੰ 11 ਹਰੀ ਇਲਾਇਚੀ ਅਰਪਣ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਜਿਹੜੇ ਹੈ ਦਿਨ ਦੀ ਸ਼ੁਰੂਆਤ ਹੀ ਧਨ ਲਾਭ ਇੰਡੀਕੇਟ ਕਰਦੇ ਨੇ। ਕੋਈ ਨਾ ਕੋਈ ਮਨੀ ਫਰੰਟ ਤੋਂ ਜੁੜਿਆ ਹੋਇਆ ਜਿਹੜਾ ਹੈ ਚੰਗਾ ਡਿਸੀਜਨ ਤੁਸੀਂ ਲਓਗੇ। ਪੈਸੇ ਕਿਤੇ ਅਟਕੇ ਹੋਏ ਸੀ, ਰੁਕੇ ਹੋਏ ਸੀ, ਉਹ ਤੁਹਾਨੂੰ ਵਾਪਸ ਮਿਲ ਸਕਦੇ ਨੇ। ਕੋਈ ਰਿਫੰਡ ਤੁਸੀਂ ਐਕਸਪੈਕਟ ਕਰ ਰਹੇ ਸੀ ਉਹ ਰਿਫੰਡ ਆ ਸਕਦਾ ਹੈ। ਪੈਨਸ਼ਨ ਤੋਂ ਜੁੜਿਆ ਹੋਇਆ, ਗ੍ਰੈਚੁਟੀ ਤੋਂ ਜੁੜਿਆ ਹੋਇਆ ਕੋਈ ਪੈਸਾ ਅਟਕਿਆ ਹੋਇਆ ਸੀ ਉਹ ਵੀ ਤੁਹਾਨੂੰ ਮਿਲ ਸਕਦਾ। ਕੁੱਲ ਮਿਲਾ ਕੇ ਅੱਜ ਜਿਹੜਾ ਹੈ ਪੈਸੇ ਦੀ ਵਰਖਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬਿਜ਼ਨਸ ਟ੍ਰਿਪ 'ਤੇ ਜਿਹੜੇ ਲੋਕ ਜਾ ਰਹੇ ਨੇ ਤੁਹਾਡੇ ਵਾਸਤੇ ਨਵੀਂ ਓਪਰਚੁਨਿਟੀਜ਼ ਸਾਹਮਣੇ ਆਉਣਗੀਆਂ। ਕੋਈ ਡੀਲ ਤੁਸੀਂ ਕੋਈ ਸਪੈਸ਼ਲ ਮੀਟਿੰਗ ਵਾਸਤੇ ਜਾ ਰਹੇ ਹੋ ਤਾਂ ਉਹਦੇ ਵੀ ਬਣਨ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਨੇ। ਸਟੂਡੈਂਟਸ ਨੂੰ ਜ਼ਰੂਰ ਥੋੜ੍ਹੇ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ। ਦਿਨ ਜਿਹੜਾ ਹੈ ਸਿਤਾਰੇ ਜਿਹੜੇ ਹੈ ਹੋਰ ਜ਼ਿਆਦਾ ਹਾਰਡਵਰਕ ਤੁਹਾਡੇ ਕੋਲੋਂ ਐਕਸਪੈਕਟ ਕਰਦੇ ਨੇ। ਪਾਰਟਨਰ ਨਾਲ ਆਪਣੇ ਦਿਲ ਦੀਆਂ ਗੱਲਾਂ ਸ਼ੇਅਰ ਕਰਕੇ ਤੁਹਾਨੂੰ ਕਾਫ਼ੀ ਚੰਗਾ ਮਹਿਸੂਸ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਅ ਕੀ ਕਰਨਾ? ਸ਼੍ਰੀ ਚੌਪਾਈ ਸਾਹਿਬ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਜੈਮਿਨਾਈ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਅੱਜ ਫਾਈਨੈਂਸ਼ੀਅਲੀ ਦਿਨ ਜਿਹੜਾ ਹੈ ਪਹਿਲਾਂ ਨਾਲੋਂ ਬਿਹਤਰ ਤੁਹਾਨੂੰ ਨਜ਼ਰ ਆਏਗਾ। ਪੈਸੇ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਤੁਸੀਂ ਫੇਸ ਨਹੀਂ ਕਰੋਗੇ। ਆਫਿਸ ਵਿੱਚ ਵੀ ਪ੍ਰੈਸ਼ਰ ਹੁਣ ਥੋੜ੍ਹਾ ਜਿਹਾ ਅੰਡਰ ਕੰਟਰੋਲ ਆਉਣਾ ਸ਼ੁਰੂ ਹੋਏਗਾ, ਜਿਹਦੇ ਕਾਰਨ ਮੂਡ ਵੀ ਹੁਣ ਤੁਹਾਡਾ ਰਿਲੈਕਸ ਹੋ ਸਕਦਾ ਹੈ। ਹੋਮ ਮੇਕਰਸ ਆਪਣੇ ਮੁਤਾਬਿਕ ਘਰ 'ਚ ਚੇਂਜਸ ਜਿਹੜੇ ਹੈ ਉਹ ਕਰ ਸਕਣਗੇ। ਇਨਫੈਕਟ ਤੁਹਾਨੂੰ ਇਹੀ ਤੁਹਾਡੇ ਕੀਤੇ ਗਏ ਚੇਂਜਸ ਜਿਹੜੇ ਨੇ ਉਹ ਤਾਰੀਫ ਜਿਹੜਾ ਹੈ ਤੁਹਾਡੇ ਵਾਸਤੇ ਲੈ ਕੇ ਆ ਸਕਦੇ ਨੇ। ਕੋਈ ਪ੍ਰੋਪਰਟੀ ਨੂੰ ਸੈੱਲ ਕਰਨ ਵਾਸਤੇ, ਵੇਚਣ ਵਾਸਤੇ ਵੀ ਅੱਜ ਦਾ ਦਿਨ ਚੰਗਾ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਸਕਾਈ ਬਲੂ, ਅਤੇ ਤੁਸੀਂ ਉਪਾਅ ਕੀ ਕਰਨਾ? 2 ਗੋਮਤੀ ਚੱਕਰ ਲੈਣੇ ਨੇ। ਆਪ ਕਿਸੇ ਵੀ ਪਵਿੱਤਰ ਜਲ ਨਾਲ ਧੋ ਕੇ ਅਤੇ ਤੁਸੀਂ ਆਪਣੇ ਘਰ ਦੇ ਲੋਕਰ 'ਚ ਜਾਂ ਫਿਰ ਆਪਣੇ ਆਫਿਸ ਦੇ ਲੋਕਰ 'ਚ ਜਾਂ ਕੈਸ਼ ਡਰਾਅਰ 'ਚ ਤੁਸੀਂ ਰੱਖ ਦਿਓ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਥ ਪ੍ਰੋਬਲਮਸ ਜਿਹੜੀਆਂ ਹੈ ਉਹਨਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ।
ਪ੍ਰਾਇਰਟਾਈਜ਼ ਇਨਫੈਕਟ ਕਰਨਾ ਅਤੇ ਕੋਈ ਵੀ ਇਸ਼ੂਜ਼ ਤੁਹਾਨੂੰ ਆ ਰਹੇ ਨੇ ਤਾਂ ਸਹੀ ਡਾਕਟਰੀ ਸਲਾਹ ਟਾਈਮਲੀ ਤੁਹਾਨੂੰ ਲੈ ਲੈਣੀ ਚਾਹੀਦੀ ਹੈ। ਸਹੀ ਇਨਵੈਸਟਮੈਂਟਸ ਨਾਲ ਬੈਂਕ ਬੈਲੈਂਸ 'ਚ ਤੁਹਾਨੂੰ ਇਜਾਫਾ ਦੇਖਣ ਨੂੰ ਮਿਲੇਗਾ। ਲੰਬੀ ਯਾਤਰਾ ਤੁਹਾਡੇ ਵਾਸਤੇ ਕੋਈ ਸੁਖਦ ਅਤੇ ਆਰਾਮਦਾਇਕ ਰਹੇਗੀ। ਅਕੈਡਮਿਕ ਫਰੰਟ ਦੇ ਉੱਤੇ ਤੁਸੀਂ ਕੋਈ ਨਾਪਸੰਦ ਕੰਮ ਵੀ ਜਿਹੜਾ ਹੈ ਉਹ ਬੜੇ ਜੇ ਤਰੀਕੇ ਨਾਲ ਅਤੇ ਬੜੇ ਟਾਈਮਲੀ ਤੁਸੀਂ ਮੈਨੇਜ ਕਰ ਸਕੋਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਗ੍ਰੀਨ, ਅਤੇ ਤੁਸੀਂ ਉਪਾਏ ਕੀ ਕਰਨਾ, 2 ਲਾਲ ਗੁਲਾਬ ਅਤੇ 2 ਲਾਲ ਅਨਾਰ ਪ੍ਰਭੂ ਦੇ ਚਰਨਾਂ 'ਚ ਜ਼ਰੂਰ ਚੜ੍ਹਾਉਣੇ ਅੱਜ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਹੀ ਖਾਣ ਪਾਣ ਨਾਲ ਤੁਸੀਂ ਜਿਹੜਾ ਹੈ ਆਪਣੀ ਸਿਹਤ ਨੂੰ ਮੇਨਟੇਨ ਕਰ ਸਕੋਗੇ। ਫਾਈਨੈਂਸ਼ੀਅਲ ਸੈਕਟਰ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਅੱਜ ਦਾ ਦਿਨ ਤੁਹਾਡੇ ਵਾਸਤੇ ਵੀ ਕਾਫੀ ਜਿਹੜਾ ਹੈ ਪ੍ਰੋਫਿਟੇਬਲ ਰਹੇਗਾ। ਵਕੇਸ਼ਨਸ ਵਾਸਤੇ ਕਿਤੇ ਨਾ ਕਿਤੇ ਹੁਣ ਤੁਹਾਨੂੰ ਪਲੈਨਿੰਗ ਪਹਿਲਾਂ ਕਰਨੀ ਪੈਣੀ ਹੈ। ਕੋਈ ਬੁਕਿੰਗਸ ਜਿਹੜੀਆਂ ਨੇ ਹਾਲੇ ਸਿਰਫ ਜੇ ਤੁਹਾਡਾ ਮਾਇੰਡਸੈਟ ਚੱਲ ਰਿਹਾ, ਪਲੈਨਿੰਗ ਚੱਲ ਰਹੀ ਹੈ, ਤਾਂ ਅੱਜ ਬੁਕਿੰਗ ਜ਼ਰੂਰ ਕਰ ਲੈਣੀ ਚਾਹੀਦੀਆਂ ਨੇ। ਕਈ ਲੋਕਾਂ ਦਾ ਪ੍ਰੋਪਰਟੀ ਖਰੀਦਣ ਦਾ ਸੁਪਨਾ ਵੀ ਅੱਜ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ। ਓਵਰਆਲ ਸਿਤਾਰੇ ਤੁਹਾਡੇ ਵਾਸਤੇ ਅੱਜ ਫੇਵਰੇਬਲ ਰਹਿਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਮਰੂਨ, ਅਤੇ ਤੁਸੀਂ ਉਪਾਏ ਕੀ ਕਰਨਾ, ਮੱਥੇ ਦੇ ਉੱਤੇ ਚੰਦਨ ਦਾ ਤਿਲਕ ਲਗਾ ਕੇ ਰੱਖ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਬਦਲਦੇ ਮੌਸਮ ਵਿੱਚ ਸਿਹਤ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਪੈਣਾ। ਕੁਛ ਮੌਸਮੀ ਐਲਰਜੀਜ਼ ਜਿਹੜੀਆਂ ਨੇ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ, ਪਰ ਹਾਂ ਦਾਦੀ ਮਾਂ ਦੇ ਘਰੇਲੂ ਨੁਸਖੇ ਵੀ ਕਾਫੀ ਕਾਰਗਰ ਸਾਬਿਤ ਹੋ ਸਕਦੇ ਨੇ, ਇਸ ਕਰਕੇ ਉਹਨਾਂ ਦੇ ਉੱਤੇ ਫੇਥ ਜ਼ਰੂਰ ਦਿਖਾਉਣਾ। ਲੰਬੇ ਸਮੇਂ ਤੋਂ ਕੋਈ ਪੇਮੈਂਟ ਅਟਕੀ ਹੋਈ ਸੀ, ਹੁਣ ਤੁਹਾਨੂੰ ਜਲਦੀ ਮਿਲ ਸਕਦੀ ਹੈ। ਦੂਜੇ ਸ਼ਹਿਰ ਲੌਂਗ ਡਰਾਈਵ 'ਤੇ ਜਾਣਾ ਵੀ ਤੁਹਾਡੇ ਵਾਸਤੇ ਮੁਮਕਿਨ ਹੋਏਗਾ। ਸਟੂਡੈਂਟਸ ਜਿਹੜੇ ਨੇ ਜਿਹੜੇ ਕਿ ਸਪੋਰਟਸ 'ਚ ਰੁਚੀ ਰੱਖਦੇ ਨੇ, ਤੁਹਾਨੂੰ ਕੋਈ ਵੱਡੀ ਅਚੀਵਮੈਂਟ ਮਿਲ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਗ੍ਰੇ, ਅਤੇ ਤੁਸੀਂ ਉਪਾਏ ਕੀ ਕਰਨਾ, 4 ਗ੍ਰੀਨ ਪਲਾਂਟਸ ਲੈਣੇ ਨੇ ਘਰ ਦੇ ਮੇਨ ਡੋਰ ਦੇ ਅੱਗੇ, ਤੁਸੀਂ ਬਾਹਰ ਵਾਲੀ ਸਾਈਡ ਤੁਸੀਂ ਰੱਖਦੇ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਅੱਜ ਮਨ ਥੋੜ੍ਹਾ ਜਿਹਾ ਡਾਵਾਂਡੋਲ ਰਹਿ ਸਕਦਾ, ਇਨਫੈਕਟ ਸਿਹਤ ਜਿਹੜੀ ਹੈ ਉਹ ਵੀ ਥੋੜ੍ਹੀ ਜਿਹੀ ਪਰੇਸ਼ਾਨ ਕਰ ਸਕਦੀ ਹੈ, ਜਿਹਦੇ ਕਾਰਨ ਬਹੁਤ ਜ਼ਿਆਦਾ ਐਨਰਜੈਟਿਕ ਤੁਸੀਂ ਨਾ ਮਹਿਸੂਸ ਕਰੋ, ਪੂਰੇ ਐਕਸਾਈਟਮੈਂਟ ਨਾਲ ਕਿਸੇ ਕੰਮ ਨੂੰ ਹੱਥ 'ਚ ਲੈਣ ਵਾਸਤੇ ਮਨ ਨਾ ਕਰੇ। ਚੰਗੀ ਆਮਦਨੀ ਜਿਹੜੀ ਹੈ ਉਹ ਜ਼ਰੂਰ ਨਜ਼ਰ ਆ ਰਹੀ ਹੈ, ਪੈਸੇ ਕਿਤੇ ਫਸੇ ਹੋਏ ਸੀ ਉਹ ਤੁਹਾਨੂੰ ਮਿਲ ਸਕਦੇ ਨੇ। ਬਿਜ਼ਨਸ ਰਿਲੇਟਿਡ ਕੋਈ ਜਿਹੜੇ ਹੈ ਜੇ ਅੱਜ ਡਿਸੀਜਨਸ ਲੈਣੇ ਨੇ ਉਹ ਲੈਣੇ ਮੁਮਕਿਨ ਹੋਣਗੇ। ਅੱਜ ਕੋਈ ਨਾ ਕੋਈ ਯਾਤਰਾ ਦੇ ਦੌਰਾਨ ਤੁਸੀਂ ਕੋਈ ਨਵੀਂ ਜਗ੍ਹਾ ਵੀ ਐਕਸਪਲੋਰ ਕਰ ਸਕੋਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਏ ਕੀ ਕਰਨਾ, ਸ਼੍ਰੀ ਦੁਰਗਾ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਤੁਹਾਨੂੰ ਆਪਣੀ ਦਵਾਈਆਂ ਦੀ ਆਪਣੀ ਮੈਡੀਕੇਸ਼ਨ ਦਾ ਖਾਸ ਧਿਆਨ ਰੱਖਣਾ ਚਾਹੀਦਾ, ਇਹਨਾਂ ਨੂੰ ਸਕਿਪ ਨਹੀਂ ਕਰਨਾ ਚਾਹੀਦਾ। ਇਨਕਮ ਜਿਹੜਾ ਹੈ ਨੂੰ ਲੈ ਕੇ ਕੋਈ ਟੈਨਸ਼ਨ ਚੱਲ ਰਹੀ ਸੀ ਅਤੇ ਹੁਣ ਉਹ ਟੈਨਸ਼ਨ ਦੂਰ ਹੋਏਗੀ। ਕੋਈ ਲੋਨ ਤੁਸੀਂ ਰੀਪੇ ਕਰਨਾ ਚਾਹੁੰਦੇ ਸੀ ਅਤੇ ਹੁਣ ਤੁਸੀਂ ਕਾਫੀ ਸਕਸ਼ਮ ਮਹਿਸੂਸ ਕਰੋਗੇ ਅਤੇ ਲੋਨ ਨੂੰ ਰੀਪੇ ਕਰ ਸਕਦੇ ਹੋ। ਬਿਜ਼ਨਸ ਟੂਰ 'ਤੇ ਜਾਣਾ ਤੁਹਾਡੇ ਵਾਸਤੇ ਕਾਫੀ ਸਕਸੈਸਫੁਲ ਰਹੇਗਾ, ਕੋਈ ਚੰਗੀ ਗੁੱਡ ਨਿਊਜ਼ ਤੁਹਾਨੂੰ ਸੁਣਨ ਨੂੰ ਮਿਲ ਸਕਦੀ ਹੈ। ਆਪਣੇ ਲਾਈਫ ਪਾਰਟਨਰ ਨਾਲ ਮਿਲ ਕੇ ਤੁਸੀਂ ਫਿਊਚਰ ਨੂੰ ਲੈ ਕੇ ਵੀ ਕੁਛ ਡਿਸੀਜਨਸ ਪਲਾਨ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਨਵਵਿਵਾਹਿਤ ਲੇਡੀ ਨੂੰ ਸ਼ਿੰਗਾਰ ਦਾ ਸਮਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੰਗੇ ਕਰੀਅਰ 'ਚ ਚੰਗੀ ਗਰੋਥ ਵਾਸਤੇ ਨਵੀਂ ਸਕਿੱਲਸ ਨੂੰ ਸਿੱਖਣਾ ਹੁਣ ਤੁਹਾਨੂੰ ਸ਼ੁਰੂ ਕਰਨਾ ਪੈਣਾ। ਕੋਈ ਯੰਗਸਟਰ, ਕੋਈ ਯੰਗ ਫੈਮਿਲੀ ਮੈਂਬਰ ਵੱਲੋਂ ਵੀ ਕੋਈ ਗੁੱਡ ਨਿਊਜ਼ ਤੁਹਾਨੂੰ ਅੱਜ ਸੁਣਨ ਨੂੰ ਮਿਲ ਸਕਦੀ ਹੈ। ਯਾਰਾਂ ਦੋਸਤਾਂ ਨਾਲ ਕੋਈ ਅਚਾਨਕ ਆਊਟਿੰਗ ਪਲਾਨ ਕੀਤੀ ਜਾ ਸਕਦੀ ਹੈ, ਕੋਈ ਵਕੇਸ਼ਨਸ ਵਾਸਤੇ ਵੀ ਬੁਕਿੰਗ ਕੀਤੀ ਜਾ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਪਿੰਕ, ਅਤੇ ਤੁਸੀਂ ਉਪਾਏ ਕੀ ਕਰਨਾ, ਇੱਕ ਛੋਟਾ ਜਿਹਾ ਫਿਟਕੜੀ ਦਾ ਪੀਸ ਲੈਣਾ, ਲਾਲ ਕੱਪੜੇ 'ਚ ਉਹਨੂੰ ਬੰਨ ਲੈਣਾ ਅਤੇ ਆਪਣੇ ਘਰ ਦੇ ਮੇਨ ਡੋਰ ਦੇ ਉੱਤੇ
ਸੀਲਿੰਗ ਨਾਲ ਤੁਸੀਂ ਉਹਨੂੰ ਟੰਗਦੇ ਹੋ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਦੀ ਰਹਿਣ ਵਾਸਤੇ ਆਪਣੇ ਖਾਣ ਪਾਣ ਦੇ ਆਪਣੀ ਡਾਇਟ ਦੇ ਉੱਤੇ ਕੰਟਰੋਲ ਰੱਖਣਾ ਬੇਹੱਦ ਜ਼ਰੂਰੀ ਹੈ। ਆਰਥਿਕ ਲੈਣ ਦੇਣ ਦੇ ਉੱਤੇ ਜਿਹੜਾ ਹੈ ਉਹ ਕਾਫੀ ਮੁਨਾਫਾ ਜਿਹੜਾ ਹੈ ਨਜ਼ਰ ਆ ਰਿਹਾ, ਪੈਸੇ ਨੂੰ ਲੈ ਕੇ ਅੱਜ ਦਿਨ ਓਵਰਆਲ ਜਿਹੜਾ ਹੈ ਉਹ ਪ੍ਰੋਫਿਟੇਬਲ ਰਹੇਗਾ। ਫੀਮੇਲਸ ਵਾਸਤੇ, ਵਰਕਿੰਗ ਫੀਮੇਲਸ ਵਾਸਤੇ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਨੂੰ ਬੈਲੈਂਸ ਕਰ ਪਾਉਣਾ ਥੋੜ੍ਹਾ ਜਿਹਾ ਔਖਾ ਨਜ਼ਰ ਆ ਰਿਹਾ, ਪਰ ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਪੋਸੀਬਲ ਵੀ ਹੋਏਗਾ। ਪ੍ਰੋਪਰਟੀ ਵਾਦ ਵਿਵਾਦ ਜਿਹੜੇ ਵੱਧ ਰਹੇ ਨੇ, ਕੋਰਟ ਦਾ ਰਸਤਾ ਜੇ ਦੇਖਣ ਤੋਂ ਪਹਿਲਾਂ ਕਿਸੇ ਨਾਲ ਸਲਾਹ ਮਸ਼ਵਰਾ ਜ਼ਰੂਰ ਕਰ ਲੈਣਾ ਚਾਹੀਦਾ ਹੈ। ਕੋਈ ਇਗਜ਼ਾਮ ਵਾਸਤੇ ਸਟੂਡੈਂਟਸ ਅਪੀਅਰ ਕਰ ਰਹੇ ਨੇ ਤਾਂ ਤੁਹਾਡਾ ਜਿਹੜਾ ਪਰਫੋਰਮੈਂਸ ਹੈ ਉਹ ਸ਼ਾਨਦਾਰ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਏ ਕੀ ਕਰਨਾ ਹੈ, ਮਾਂ ਲਕਸ਼ਮੀ ਨੂੰ ਕਮਲ ਗੱਟੇ ਦੀ ਮਾਲਾ ਅਰਪਣ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਟਨੈਸ ਨੂੰ ਲੈ ਕੇ ਹੁਣ ਕਾਫੀ ਇੰਪਰੂਵਮੈਂਟ ਨਜ਼ਰ ਆ ਰਹੀ ਹੈ, ਤੁਸੀਂ ਆਪਣੇ ਹੈਲਥ ਗੋਲਸ ਦੇ ਕਾਫੀ ਕਰੀਬ ਪਹੁੰਚ ਸਕੋਗੇ। ਸਹੀ ਆਰਥਿਕ ਫੈਸਲੇ ਯਾਨੀ ਕਿ ਸਹੀ ਫਾਈਨੈਂਸ਼ੀਅਲ ਡਿਸੀਜਨਸ ਦੇ ਕਾਰਨ ਹੁਣ ਤੁਹਾਨੂੰ ਗੇਨਸ ਨਜ਼ਰ ਆਉਣਗੇ। ਘਰੇ ਕੋਈ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰਾਉਣਾ ਚਾਹੁੰਦੇ ਸੀ ਤੇ ਦਿਨ ਉਹਦੇ ਵਾਸਤੇ ਵਧੀਆ ਨਜ਼ਰ ਆ ਰਿਹਾ, ਪਰ ਐਸਟੀਮੇਟ ਲੈ ਕੇ ਚੱਲਣਾ ਕਿਉਂਕਿ ਇਹ ਐਸਟੀਮੇਟ ਅਲਟੀਮੇਟਲੀ ਵੱਧ ਸਕਦਾ। ਸਟੂਡੈਂਟਸ ਨੂੰ ਆਪਣਾ ਅਸਾਈਨਮੈਂਟ ਕੰਪਲੀਟ ਕਰਨਾ ਥੋੜ੍ਹਾ ਬੋਰਿੰਗ ਜ਼ਰੂਰ ਲੱਗੇਗਾ, ਪਰ ਜੇ ਟਾਈਮ 'ਤੇ ਨਿਪਟਾ ਲਿਆ ਜਾਵੇ ਤਾਂ ਫਿਰ ਹੌਸਲੇ ਹੋਰ ਬੁਲੰਦ ਹੋਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰਨਾ ਹੈ, 800 ਗ੍ਰਾਮ ਚਨੇ ਦੀ ਦਾਲ ਕਿਸੇ ਵੀ ਜ਼ਰੂਰਤਮੰਦ ਨੂੰ ਜ਼ਰੂਰ ਦੇਣੀ ਹੈ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਮਿਹਨਤ ਦੇ ਨਾਲ ਨਾਲ ਜਿਹੜਾ ਹੈ, ਜਿਹੜੀ ਲਗਨ ਹੈ ਤੁਹਾਡੀ, ਡੈਡੀਕੇਸ਼ਨ ਹੈ, ਉਹ ਤੁਹਾਡੇ ਸੀਨੀਅਰਸ ਨੂੰ ਅਬਜ਼ਰਵ ਕਰਨਗੇ, ਤੁਹਾਡੀ ਤਾਰੀਫ ਕਰਨਗੇ। ਨਵਾਂ ਘਰ ਜਿਹੜੇ ਲੋਕ ਖਰੀਦਣਾ ਚਾਹ ਰਹੇ ਸੀ ਤੇ ਆਪਣੀ ਸੇਵਿੰਗਸ ਉੱਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ, ਫਾਲਤੂ ਨਜਾਇਜ਼ ਖਰਚਿਆਂ ਨੂੰ ਘਟਾਉਣ ਦੀ ਜ਼ਰੂਰਤ ਹੈ। ਸਟੂਡੈਂਟਸ ਜਿਹੜੇ ਨੇ ਉਹ ਕਿਸੇ ਨਾਲ ਮਨਮੁਟਾਵ ਅੱਜ ਹੋ ਸਕਦਾ ਹੈ, ਅਤੇ ਉਹਦੇ ਕਾਰਨ ਤੁਹਾਡੀ ਆਪਣੀ ਮੈਂਟਲ ਪੀਸ ਜਿਹੜੀ ਹੈ ਅਪਸੈਟ ਨਹੀਂ ਹੋਣੀ ਚਾਹੀਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ, ਅਤੇ ਤੁਸੀਂ ਉਪਾਏ ਕੀ ਕਰਨਾ, ਬਰਡਸ ਨੂੰ ਯਾਨੀ ਪਕਸ਼ੀਆਂ ਨੂੰ ਭਿੱਜੀ ਹੋਈ ਹਰੀ ਮੂੰਹ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।